वाहिगुरु जी का खालसा, वाहिगुरु जी की फतेह। साध संगत जी, इस वेले 11 बज चुके ने, अज 28 तरीक है। तो हुण असी मिल पीटस भाई मनोहर सिंह जी, मामा जी और घर तो निकल रहे हैं जी। तो हुण बैंक थोड़ा जिहा काम है, उत्थे जाना है। तो इस वास्ते अगला जिवें जिवें दिन दा रुझेवा होया नाल नाल तुहानूं दसांगे। भाई साहब और भाई परमजीत सिंह जी मास्टर जी, वो भी साडे नाल आए, ये भी सानूं लैण वास्ते आए ने, साडे नाल ने असली। तो बड़ी कृपा, बाकी दिन दा रुझेवा आप सारिआं नाल सांझे करदे रहांगे जी। साढ़े नाल अज साढ़े मास्टर जी नाल जी, साढ़े परमजीत सिंह जी, अज इन्हां ने सेवा लई है जी। हाँ जी मास्टर जी, महाराज जी अज महाराज की कृपा नाल भाई लखविंदर सिंह जी की सेवा, मेरे भागां वाली गड्डी है जिहदे विच इह बैठे आ। सो मैं बड़ी देर तो इच्छा सी मेरी भी इन्हां नूं नाल लै के मैं गड्डी विच जिथे भी इन्हां दी जाणा होवे मैं लैके जाऊँगा। सो मैं भागां वाला समझदा अपने आप नूं। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਡੇ ਮਾਸਟਰ ਜੀ ਹੈ ਜੀ, ਬਹੁਤ ਪਿਆਰ ਕਰਦੇ ਆ ਸਾਰਾ ਦਿਨ ਸੇ। ਉਹਨਾਂ ਖਜ਼ਾਨਾ ਸਾਡੇ ਕੋਲ ਨਹੀਂ ਹੈਗਾ ਕੀਰਤਨ ਦਾ, ਜਿੰਨਾ ਇਹਨਾਂ ਰਿਕਾਰਡ ਕਰਕੇ ਰੱਖਿਆ ਜੀ ਆਪਣੇ ਕੋਲ। ਸਾਧ ਸੰਗਤ ਬਹੁਤ ਸੁਣਦੇ ਆ ਕੀਰਤਨ ਭਾਈ ਸਾਹਿਬ ਦਾ। ਅਤੇ ਹੁਣ ਬਸ ਆਪਾਂ ਇੱਥੋਂ ਨਿਕਲੇ ਹਾਂ। ਹਾਂਜੀ ਸਾਧ ਸੰਗਤ ਜੀ, ਇਸ ਵੇਲੇ ਬੈਂਕ 'ਚੋਂ ਨਿਕਲੇ ਹਾਂ ਜੀ। ਅਤੇ ਹੁਣ ਕਿਸੇ ਗੁਰਮੁਖਾਂ ਦੇ ਗ੍ਰਹਿ ਦੁਪਹਿਰ ਦੇ ਲੰਗਰ ਵਾਸਤੇ ਜਾਣਾ, ਉੱਥੇ ਜਾਣ ਦੀ ਤਿਆਰੀ ਕੀਤੀ ਹੋਈ ਮਾਸਟਰ ਜੀ ਨਾਲ ਹੀ ਨੇ। ਸਤਸੰਗ ਜੀ, ਆ ਬੈਂਕ ਦਾ ਨਾਂ ਹੈਗਾ ਜੀ ਵੈਲਸ ਫਾਰਗੋ। ਇਹਦੇ ਵਿੱਚ ਰਮਨਦੇਵ ਸਿੰਘ ਦਾ ਅਕਾਊਂਟ ਖੁੱਲ੍ਹ ਗਿਆ, ਭਾਈ ਸਾਹਿਬ ਦਾ ਖੁੱਲ੍ਹਿਆ ਜੀ। ਅਤੇ ਕਿਆ ਬਾਤ ਹੈ ਜੀ, ਇਹਦਾ ਮਤਲਬ ਹੈ ਕਿ ਅਮੈਰੀਕਾ ਦੇ ਵੀ ਅਕਾਊਂਟ ਖੁੱਲ੍ਹ ਗਏ ਆਪਣੇ ਇੱਥੇ ਹੁਣ ਅਮੈਰੀਕਾ 'ਚ। ਖੁੱਲ੍ਹ ਗਏ। ਚਲੋ ਜੀ, ਆਓ ਜੀ ਫਿਰ ਚੱਲੀਏ। ਆਓ ਗੱਡੀ ਅਲਮਾਰੀਏ ਚੱਲੇ। ਪ੍ਰਸ਼ਾਦੇ ਵਾਸਤੇ ਘਰ ਆ ਗਿਆ ਜੀ, ਆਓ ਚੱਲੀਏ ਅੰਦਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਸੰਗਤ ਜੀ, ਪ੍ਰਸ਼ਾਦਾ ਛੱਡ ਕੇ ਹੁਣ ਉੱਥੋਂ ਨਿਕਲ ਆਏ ਆਪਾਂ, ਅਤੇ ਹੁਣ ਆਪਾਂ ਜਾ ਰਹੇ ਜੀ ਭਾਈ ਸਾਹਿਬ ਜੀ ਦੇ ਘਰ, ਮਾਸਟਰ ਜੀ ਦੇ ਘਰ, ਪਰਮਜੀਤ ਸਿੰਘ ਜੀ ਦੇ ਘਰ। ਉੱਥੇ ਰੁਕਾਂਗੇ ਅਤੇ ਆਪਾਂ ਚਾਹ ਪੀਂਗੇ ਅਤੇ ਫਿਰ ਗੁਰਦੁਆਰਾ ਸਾਹਿਬ ਜਾਵਾਂਗੇ ਜੀ। ਆਓ ਜੀ ਚੱਲੀਏ ਭਾਈ ਸਾਹਿਬ ਜੀ ਦੇ ਘਰ। ਹਾਂਜੀ ਭਾਈ ਸਾਹਿਬ ਜੀ ਦੇ ਘਰ ਆ ਗਏ ਹਾਂ ਜੀ। ਅਤੇ ਪਰਮਜੀਤ ਸਿੰਘ ਜੀ, ਹਾਂਜੀ ਇਹਨਾਂ ਦੇ ਘਰ ਆ ਗਏ ਜੀ। ਇੱਥੇ ਵਿਸ਼ਰਾਮ ਕਰਾਂਗੇ ਥੋੜ੍ਹਾ ਚਿਰ, ਗ੍ਰੀਨ ਟੀ ਪੀਵਾਂਗੇ ਅਤੇ ਫਿਰ ਗੁਰਦੁਆਰੇ ਜਾਵਾਂਗੇ। ਲੱਸੀ ਪੀਓ। ਆਓ ਜੀ ਚੱਲੀਏ ਜੀ ਅੰਦਰ ਜੀ, ਆਓ ਜੀ। ਵਾਹਿਗੁਰੂ। ਹਾਂਜੀ ਸਾਧ ਸੰਗਤ ਜੀ, ਮਾਸਟਰ ਜੀ ਦੇ ਘਰ ਚਾਹ ਦਾ ਟਾਈਮ ਹੋ ਗਿਆ, ਚਾਹ ਛਕਣ ਲੱਗੇ ਹਾਂ ਅਤੇ ਚਾਹ ਰੇੜੀ ਆ। ਲੈ ਆਓ ਜੀ ਮਾਸਟਰ ਜੀ ਢੋਕਲਾ। ਵਾਹ ਜੀ ਵਾਹ, ਢੋਕਲਾ ਛਕੋ ਢੋਕਲਾ। ਭਾਅ ਜੀ ਰੱਖੀਏ ਭਾਅ ਜੀ ਢੋਕਲਾ, ਇਹਦੇ ਵਿੱਚ ਹੀ ਰੱਖ ਦੇਵਾਂਗੇ। ਨਹੀਂ ਨਹੀਂ ਸੌਸ ਤਾਂ ਪਾਣੀ ਨਹੀਂ ਹੋਣਾ, ਸੌਸ ਨਹੀਂ ਪਾਣੀ ਰੱਖ ਦੋ ਇੱਥੇ, ਕੋਈ ਨਹੀਂ ਫਿਰ ਆਪਾਂ ਲੈ ਲੈਂਦੇ। ਨਹੀਂ ਤਾਂ ਇੱਦਾਂ ਕਰੋ, ਆਹ ਥਾਲੀ ਜਿਹੜੀ ਛੋਟੀ ਇਹਦੇ ਵਿੱਚ ਰੱਖਣਾ ਤੇ ਰੱਖ ਦੋ, ਫਿਰ ਉੱਪਰ ਤੌਲੀਆ ਰੱਖ ਕੇ ਠੀਕ ਹੈ, ਪਛਾਦ ਉੱਤੋਂ ਉੱਤੋਂ ਲਿਆ ਉੱਤੋਂ। ਹਾਂਜੀ ਸਤਿ ਸੰਗਤ ਜੀ, ਇਸ ਦੇ ਕੀਰਤਨ ਦਾ ਸਮਾਂ ਹੋ ਗਿਆ, ਗੁਰੂ ਘਰ ਸਨੋਜਾ ਵਿਖੇ ਪਹੁੰਚ ਰਹੇ ਹਾਂ ਕੀਰਤਨ ਵਾਸਤੇ। ਅਤੇ ਮਾਸਟਰ ਪਰਮਜੀਤ ਸਿੰਘ ਜੀ ਹੋਰਾਂ ਦੇ ਨਿਕਲ ਰਹੇ ਹਾਂ ਅਤੇ ਹੁਣ ਗੁਰੂ ਘਰ ਵਿਖੇ ਜਾ ਰਹੇ ਹਾਂ। ਫਿਰ ਜਿਸ ਤਰ੍ਹਾਂ ਅੱਗੇ
ਸਮਾਗਮ ਚੱਲਦਾ ਫਿਰ ਆਪ ਨੂੰ ਨਾਲ ਨਾਲ ਦੱਸਦੇ ਹਾਂ ਜੀ। ਆਓ ਜੀ ਚੱਲੀਏ ਗੁਰਦੁਆਰਾ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਇਸ ਵੇਲੇ ਗੁਰੂ ਘਰ ਸਹਿਰੋਜੇ ਵਿਖੇ ਕੀਰਤਨ ਦੀ ਸਮਾਪਤੀ ਕੀਤੀ ਹੈ ਅਤੇ ਸਾਰੀ ਫਤਿਹਗੜ੍ਹ ਸਾਹਿਬ ਦੀ ਸੰਗਤ ਔਰ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੇ ਗੁਰੂ ਪਿਆਰੇ ਜਿਹੜੇ ਨਾਲ ਹੀ ਨੇ, ਸਤਿਗੁਰ ਕਿਰਪਾ ਕਰਨ, ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ। ਅਤੇ ਹੁਣ ਆਪਾਂ ਅੱਗੇ ਵੀ ਚੱਲਣਾ ਅਤੇ ਹੁਣ ਪ੍ਰਸ਼ਾਦੇ ਵਾਸਤੇ ਜਾਣਾ ਕਿਸੇ ਗੁਰੂ ਘਰ ਦੇ ਘਰ। ਅਤੇ ਆਪ ਇੰਨੀ ਸੇਵਾ ਇੱਥੇ ਪ੍ਰਵਾਨ ਕਰਨੀ, ਕਿਉਂਕਿ ਅੱਜ 3 ਦਿਨ ਹੋ ਗਏ ਨੇ ਅਤੇ ਅੱਜ ਇੱਥੇ ਲਾਸਟ ਕੀਰਤਨ ਸਮਾਗਮ ਸੀ ਅਤੇ ਕੱਲ੍ਹ ਨੂੰ ਨਿਊ ਵਰਕ ਵਿਖੇ ਚਲੇ ਜਾਣਾ ਹੈ। ਤੋ ਇਸ ਵਾਸਤੇ ਆਪ ਸਾਰੇ ਇੰਨੀ ਸੇਵਾ ਪ੍ਰਵਾਨ ਕਰ ਰਹੇ। ਵਾਹਿਗੁਰੂ ਜੀ ਕੀ ਫਤਿਹ। ਅਸੀਂ ਭਾਈ ਲਖਵਿੰਦਰ ਸਿੰਘ ਜੀ ਅਤੇ ਜੱਥੇ ਦਾ ਬਹੁਤ ਹੀ ਧੰਨਵਾਦ ਦੇ ਹਾਂ ਸਹਿਰੋਜੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਗੁਰੂ ਘਰ ਦੀ ਸਹਿਰੋਜੇ ਦੀ ਸੰਗਤ ਸੰਗਤ ਜੀ। ਹੁਣ ਪਰਿਵਾਰ ਦੇ ਘਰੋਂ ਲੰਗਰ ਛੱਕ ਕੇ ਇੱਥੋਂ ਜਿੱਥੋਂ ਸਵੇਰੇ ਚੱਲੇ ਸੀ ਭਾਈ ਮਨੋਹਰ ਸਿੰਘ ਮਾਮਾ ਜੀ ਉਹਨਾਂ ਦੇ ਘਰ ਜਿੱਥੇ ਰੁਕੇ ਹੋਏ ਹਾਂ, ਤਾਂ ਇੱਥੇ ਹੁਣ ਪਹੁੰਚ ਗਏ ਹਾਂ। ਹੁਣ ਇੱਥੇ ਰੈਸਟ ਕਰਨਾ, ਕਿਉਂਕਿ ਰਾਤ ਦੇ ਤਕਰੀਬਨ 9:30 ਹੋ ਗਏ ਨੇ ਇੱਥੇ। ਅਤੇ ਕੱਲ੍ਹ ਸਵੇਰ 11 ਵਜੇ ਦੀ ਫਲੈਟ ਹੈ ਇੱਥੋਂ ਸਨ ਫਰਾਂਸਿਸਕੋ ਤੋਂ ਨਿਊ ਵਾਕ, 11 ਵਜੇ ਇੱਥੋਂ ਫਲੈਟ ਨੇ ਚੱਲਣਾ ਹੈ। ਅਤੇ ਫਿਰ ਸਵੇਰੇ ਇੱਥੋਂ ਜਾਣਾ ਪਏਗਾ ਤਕਰੀਬਨ 7:30-8 ਵਜੇ ਇੱਥੋਂ ਨਿਕਲਾਂਗੇ। ਅਤੇ ਫਿਰ ਜਿਵੇਂ ਜਿਵੇਂ ਪ੍ਰੋਗਰਾਮ ਬਣਿਆ ਤੁਹਾਨੂੰ ਕੱਲ੍ਹ ਦੇ ਬਲੌਕ ਵਿੱਚ ਜ਼ਰੂਰ ਦੱਸਾਂਗੇ ਜੀ। ਅਤੇ ਅੱਜ ਆਪਾਂ ਇਹ ਬਲੌਗ ਦੀ ਸਮਾਪਤੀ ਕਰੀਏ ਅਤੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।